ਹਾਂ ਜੀ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 'ਤੇ। ਇਸ ਵੀਡੀਓ ਵਿੱਚ ਤੁਹਾਨੂੰ ਇੰਗਲੈਂਡ, ਕੈਨੇਡਾ ਅਤੇ ਯੂਰੋਪ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਬਾਰੇ ਦੱਸਾਂਗੇ, ਕਿਹੜੀ ਟੀਮ ਜੇਤੂ ਰਹੀ ਅਤੇ ਕਿਹੜੇ ਪਲੇਅਰ ਬੈਸਟ ਰਹੇ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕੈਨੇਡਾ ਵਿੱਚ ਮੈਟਰੋ ਕਬੱਡੀ ਕਲੱਬ ਵੱਲੋਂ ਜੋ ਕਬੱਡੀ ਕੱਪ ਕਰਵਾਇਆ ਗਿਆ, ਉਸ ਕਬੱਡੀ ਕੱਪ 'ਤੇ ਟੋਰਾਂਟੋ ਪੰਜਾਬੀ ਕਬੱਡੀ ਕਲੱਬ ਦੀ ਟੀਮ ਪਹਿਲੇ ਨੰਬਰ 'ਤੇ ਰਹੀ ਅਤੇ ਇੰਟਰਨੈਸ਼ਨਲ ਸਪੋਰਟਸ ਕਬੱਡੀ ਕਲੱਬ ਦੀ ਟੀਮ ਦੂਜੇ ਨੰਬਰ 'ਤੇ ਰਹੀ। ਬੈਸਟ ਰੇਡਰ ਰਾਜੂ ਕੋਟਲਾ ਪੜੀ ਅਤੇ ਬੈਸਟ ਜਾਫੀ ਜੱਗਾ ਚਿੱਟੀ ਰਿਹਾ। ਇੰਗਲੈਂਡ ਵਿੱਚ ਸੰਦੀਪ ਨੰਗਲ ਅਮੀਆ ਕਬੱਡੀ ਕਲੱਬ ਟੈਲਫੋਰਡ ਦੀ ਟੀਮ ਪਹਿਲੇ ਨੰਬਰ 'ਤੇ ਰਹੀ। ਸਿੱਖ ਟੈਂਪਲ ਵੁਲਹਰੈਪਟਨ ਦੀ ਟੀਮ ਦੂਜੇ ਨੰਬਰ 'ਤੇ ਰਹੀ। ਬੈਸਟ ਰੇਡਰ ਛੋਟਾ ਦੁੱਲਾ ਅਤੇ ਬੈਸਟ ਜਾਫੀ ਸਨੀ ਕਾਲੇ ਸੰਘਿਆਂ ਵਾਲਾ ਰਿਹਾ। ਯੂਰੋਪ ਕਬੱਡੀ ਕੱਪ 'ਤੇ ਰੋਇਲ ਕਬੱਡੀ ਕਲੱਬ ਬੈਲੇਜ਼ੀਅਮ ਦੀ ਟੀਮ ਪਹਿਲੇ ਨੰਬਰ 'ਤੇ ਰਹੀ ਅਤੇ ਪੰਜਾਬ ਕਬੱਡੀ ਕਲੱਬ ਐਮਸਟਰਡਮ ਦੀ ਟੀਮ ਦੂਜੇ ਨੰਬਰ 'ਤੇ ਰਹੀ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਕਬੱਡੀ ਦੀ ਹੋਰ ਅਪਡੇਟ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।